ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੜਦਾ ਪੰਜਾਬ ਟੀਵੀ ਕਿਸਾਨ ਵੀਰੋ ਖੇਤੀ ਦੇ ਵਿੱਚ ਦਿਨ ਬ ਦਿਨ ਨਵੀਆਂ ਤਕਨੀਕਾਂ ਨਵੇਂ ਨਵੇਂ ਤਰੀਕੇ ਜਿਹੜੇ ਆ ਉਹ ਖੇਤੀ ਦੇ ਵਿੱਚ ਆ ਰਹੇ ਨੇ ਤੇ ਸਭ ਤੋਂ ਵੱਡਾ ਜਿਹੜੀ ਸਮੱਸਿਆ ਹੈ ਕਿਸਾਨ ਦੀ ਉਹ ਸਪਰੇ ਕਰਨ ਦੀ ਆ ਕਿਉਂਕਿ ਸਪਰੇ ਦੇ ਨਾਲ ਜਿੱਤੇ ਇਨਸਾਨਾਂ ਨੂੰ ਉਹਦੇ ਘਾਤਕ ਆਪਾਂ ਦੇਖ ਰਹੇ ਹਾਂ ਵੀ ਪਿੱਛੇ ਕੈਮੀਕਲਾਂ ਦਾ ਨੁਕਸਾਨ ਆਉਂਦਾ ਬੋਡੀ ਹਿਊਮਨ ਬੋਡੀ ਲਈ ਹੈ ਹੀ ਹੈ ਪਰ ਉੱਥੇ ਨਾਲ ਨਾਲ ਇਹ ਵੀ ਹੁੰਦਾ ਵੀ ਅਸੀਂ ਪੱਕੀ ਫਸਲ ਨੂੰ ਜਾਂ ਪੱਕੇ ਅਨਾਜ ਨੂੰ ਪੈਰਾਂ ਦੇ ਨਾਲ ਕਾਫੀ ਮਿੱਧ ਵੀ ਦਿੰਨੇ ਆ ਕਾਫੀ ਅਸੀਂ ਜਿਹੜਾ ਉਹਦਾ ਮਤਲਬ ਅਨਾਜ ਦਾ ਵੀ ਨੁਕਸਾਨ ਹੋ ਜਾਂਦਾ ਪਰ ਉਹ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਸਜੈਂਟਾ ਕੰਪਨੀ ਨੇ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ ਆ ਜਿਹੜਾ ਤੁਸੀਂ ਮੇਰੇ ਮੂਹਰੇ ਪੁਰਜਾ ਦੇਖ ਰਹੇ ਹੋ ਇਹਨੂੰ ਜਹਾਜ਼ ਵੀ ਕਹਿ ਸਕਦੇ ਹੋ ਜਿਵੇਂ ਪੁਰਾਣੇ ਆਪਾਂ ਸੁਣਦੇ ਹੁੰਦੇ ਭਾਈ ਜਹਾਜ਼ਾਂ ਨਾਲ ਸਪਰੇ ਹੁੰਦੀ ਹੈ ਇਹ ਇੱਕ ਪੁਰਜਾ ਇਹਨੂੰ ਡਰੋਨ ਵੀ ਕਹਿ ਸਕਦੇ ਹੋ ਇਹ ਉਹ ਪੁਰਜਾ ਜਿਹਦੇ ਨਾਲ ਸਪਰੇ ਹੈ ਜਿਹੜੀ ਕੀਤੀ ਜਾ ਸਕੂਗੀ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਜਿਹੜੇ ਹੋਣੀ ਇਹਨਾਂ ਨੇ ਲੇਟੈਸਟ ਇਸ ਸਾਲ ਦੇ ਵਿੱਚ ਟ੍ਰਾਇਲ ਵੀ ਲਾਇਆ ਕੀ ਤਕਨੀਕ ਹੈ ਕਿਵੇਂ ਕੰਮ ਕਰਦੀ ਹੈ ਕਿਹੜੇ ਕਿਹੜੇ ਦੇ ਵਿੱਚ ਕੈਮੀਕਲ ਹੋ ਸਕਦੇ ਆ ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਦੇ ਮੱਲੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਮੱਲੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਕਿਸਾਨਾਂ ਦਾ ਸਵਾਗਤ ਕਰਦਾ ਇੱਥੇ ਮੇਲੇ ਤੇ ਇਹ ਡਰੋਨ ਜਿਹੜੀ ਹੈ ਲੇਟੈਸਟ ਟੈਕਨੋਲੋਜੀ ਹੈ ਦੁਨੀਆ ਭਰ ਵਿੱਚ ਆਲਰੇਡੀ ਚੱਲ ਰਹੀ ਹੈ ਜਿਵੇਂ ਕਿ ਹੁਣ ਇੰਡੀਆ ਵਿੱਚ ਵੀ ਇਹ ਟੈਕਨੋਲੋਜੀ ਆਈ ਹੈ ਕਿਉਂਕਿ ਲੇਟੈਸਟ ਟੈਕਨੋਲੋਜੀਆਂ ਬੜੀਆਂ ਇੰਪੋਰਟੈਂਟ ਹੈ 30% ਜਾਂ 40% ਦਵਾਈ ਵੇਸਟ ਕਰਦੇ ਆ ਸਪਰੇ ਤੇ ਅਸੀਂ ਉਹੀ ਚਾਹੁੰਦੇ ਵੀ ਉਹਨਾਂ ਦਾ ਖਰਚੇ ਬਦਲਣ ਸਪਰੇ ਪ੍ਰੋਪਰ ਹੋਵੇ ਤਾਂ ਪ੍ਰੋਪਰ ਜਿਹੜਾ ਇਨਸੈਕਟ ਕੰਟਰੋਲ ਹੋਵੇ ਇਹ ਨਵੀਂ ਟੈਕਨੋਲੋਜੀ ਸੰਜੰਡਾ ਆਲ ਓਵਰ ਇੰਡੀਆ 'ਚ ਉਪਰਾਲਾ ਕਰੀ ਹਰ ਜਗ੍ਹਾ 'ਤੇ ਉਹਨਾਂ ਦੀ ਵੈਨ ਜਾ ਕੇ ਲੋਕਾਂ ਨੂੰ ਦੱਸ ਰਹੀ ਹੈ ਡਰੋਨ ਦੀ ਬਾਰੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਪਰਾਲਾ ਜਿਹੜਾ ਬੜਾ ਕਾਮਯਾਬ ਹੋਏਗਾ ਔਰ ਆਉਣ ਵਾਲੇ ਸਮਿਆਂ 'ਚ ਲੇਟੈਸਟ ਟੈਕਨੋਲੋਜੀ ਲੋਕਾਂ ਨੂੰ ਪਤਾ ਲੱਗੇਗੀ ਮੈਂ ਆਲਰੇਡੀ USA ਵਿੱਚ ਵੀ ਜਾ ਕੇ ਦੇਖ ਆਇਆ ਅਮਰੀਕਾ 'ਚ ਵੀ ਕਿਉਂਕਿ ਇਹਦੇ ਨਾਲ ਮੱਕੀ ਦੇ ਜਾਂ ਦੂਜੀਆਂ ਸਪਰੇਆਂ ਬਹੁਤ ਵਧੀਆ ਤਰੀਕੇ ਨਾਲ ਹੋ ਰਹੀਆਂ ਇੰਡੀਆ ਵਿੱਚ ਆਉਣ 'ਤੇ ਮੈਨੂੰ ਬੜੀ ਖੁਸ਼ੀ ਹੈ ਮੈਂ ਮੁਬਾਰਕਬਾਦ ਦੇਣਾ ਰਮਨ ਜੀ ਤਾਂ ਇੱਥੇ ਇੱਕ ਮੱਲੀ ਸਾਹਿਬ ਨੇ ਗੱਲ ਦੱਸੀ ਹੈ ਕਿਉਂਕਿ ਅਸੀਂ ਵੀ ਦੇਖਦੇ ਹਾਂ ਮੱਕੀ ਹੈ ਜਿਹੜੀ ਮੱਕੀ ਦੀ ਕ੍ਰੋਪ ਹੈ ਇਸ ਸਾਲ ਕਾਫੀ ਲੱਗੀ ਆ ਮੱਕੀ ਦੀ ਹਾਈਟ ਜਦੋਂ 6 ਜਾਂ 7 ਫੁੱਟ ਤੋਂ ਪਾਰ ਹੋ ਜੇ ਤਾਂ ਉਸ ਟਾਈਮ ਤੇ ਸਪਰੇ ਕਰਨ ਦਾ ਕੋਈ ਵੀ ਤਰੀਕਾ ਨਹੀਂ ਹੈ ਕਿਉਂਕਿ ਉਸ ਟਾਈਮ ਤੇ ਫਾਲ ਆਰਮੀ ਬੋਰਮ ਦਾ ਕਾਫੀ ਅਟੈਕ ਹੁੰਦਾ ਮੱਕੀ ਦੇ ਉੱਤੇ ਔਰ ਉਹਦੇ ਲਈ ਵੀ ਬੜਾ ਵਧੀਆ ਇਹ ਪੁਰ ਜਾਏਗਾ ਤਾਂ ਮੈਂ ਡਾਕਟਰ ਸਾਹਿਬ ਨਾਲ ਥੋੜੀ ਜਿਹੀ ਇਹਨਾਂ ਬਾਰੇ ਆਪਾਂ ਪੁੱਛਾਂਗੇ ਡਾਕਟਰ ਸਾਹਿਬ ਜਿਹੜੀ ਇਹ ਤਕਨੀਕ ਹੈਗੀ ਹੈ ਮਤਲਬ ਆਮ ਅਕਸਰ ਅੱਜ ਕੱਲ੍ਹ ਕਿਹਾ ਜਾਂਦਾ ਵੀ ਜਿਹੜੇ ਕੈਮੀਕਲ ਤੁਸੀਂ ਵਰਤ ਰਹੇ ਹੋ 150 ਲੀਟਰ ਪਾਣੀ 200 ਲੀਟਰ ਪਾਣੀ ਪਰ ਇਹ ਮੈਨੂੰ ਲੱਗ ਰਿਹਾ ਵੀ ਇਹਦਾ ਟੈਂਕ ਛੋਟਾ ਜਿਹਾ 10 ਲੀਟਰ ਦਾ ਥੋੜਾ ਵਿਸਤਾਰ ਨਾਲ ਦੱਸੋ ਵੀ ਕਿਵੇਂ ਕੰਮ ਕਰਦੀ ਹੈ ਇਹ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਫਿਰ ਮੈਂ ਸਵਾਗਤ ਕਰਦਾ ਚੜ੍ਹਦਾ ਟੀਵੀ ਪੰਜਾਬ ਨੂੰ ਕਿ ਜਿਹੜੇ ਇਹ ਤੁਸੀਂ ਇਹੋ ਜਿਹੀਆਂ ਨਿਊਜ਼ ਫਾਰਮਰ ਤੱਕ ਕਿਸਾਨਾਂ ਤੱਕ ਲੈ ਕੇ ਜਾਂਦੇ ਹੋ ਜੇ ਵੀ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਬੈਸਟ ਟੈਕਨੋਲੋਜੀ ਹੈ ਇਸ ਟਾਈਮ ਸਪਰੇ ਦੇ ਵਿੱਚ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਸਜੈਂਟਾ ਨੇ ਜਿਹੜੀ ਸਪਰੇ ਟੈਕਨੋਲੋਜੀ ਡਰੋਨ ਸਪਰੇ ਦੇ ਵਿੱਚ ਆਈ ਹੈ ਡਰੋਨ ਦੇ ਫਾਇਦੇ ਕੀ ਨੇ ਜਿਵੇਂ ਕਿ ਮੱਲੀ ਸਾਹਿਬ ਨੇ ਦੱਸਿਆ ਕਿ ਕੋਈ ਹਾਈਟ ਵਾਲੀ ਫਸਲਾਂ ਚਲੀ ਜਾਂਦੀਆਂ ਨੇ ਉਹਦੇ ਸਪਰੇ ਨਹੀਂ ਕਰ ਪਾਉਂਦੇ ਪਲੱਸ ਕਿ ਇਹ ਤੇ ਸਮੱਸਿਆ ਸੀ ਕਿ ਲੇਬਰ ਦੀ ਸਮੱਸਿਆ ਕਈ ਦਵਾਈਆਂ ਆਪਾਂ ਯੂਜ਼ ਕਰਦੇ ਆ ਉਹ ਸਹੀ ਪ੍ਰੋਪਰ ਕੋਈ ਫਾਂਟ ਰਹਿ ਗਈ ਕੋਈ ਜਗ੍ਹਾ ਰਹਿ ਗਈ ਉਹ ਰਹਿ ਜਾਂਦੀਆਂ ਸੀਗੀਆਂ ਜਿਹੜੀ ਇਹ ਟੈਕਨੋਲੋਜੀ ਹੈ ਨਾ ਸਪਰੇ ਇਕਸਾਰ ਹੋਊਗੀ ਵਧੀਆ ਤਰੀਕੇ ਨਾਲ ਸਪਰੇ ਹੋਊਗੀ ਫਾਇਦਾ ਕੀ ਹੈ ਸਭ ਤੋਂ ਪਹਿਲਾਂ ਕੀ ਸਮੇਂ ਦੀ ਬੱਚਤ ਅੱਜ ਦਾ ਟਾਈਮ ਆ ਜਿਹੜਾ ਕਿਹੜਾ ਯੁੱਗ ਆ ਚੁੱਕਿਆ ਚੇਂਜ ਟੂ ਚੇਂਜ ਪਹਿਲਾਂ ਆਪਾਂ ਗੱਲ ਕਰਦੇ ਸੀਗੇ ਪੁਰਾਣੇ ਯੁੱਗ ਚ ਗੱਲ ਕਰੀਏ ਤਾਂ ਮਸ਼ੀਨੀ ਦਾ ਯੁੱਗ ਆਇਆ ਪਹਿਲਾਂ ਠੀਕ ਹੈ ਸਾਰੀਆਂ ਜ਼ਮੀਨਾਂ ਵਾਹ ਹੋਈਆਂ ਅੱਜ ਦਾ ਟਾਈਮ ਹੈ ਟੈਕਨੋਲੋਜੀ ਦਾ ਇਸ ਲਈ ਟੈਕਨੋਲੋਜੀ ਦੇ ਵਿੱਚ ਸਜੈਂਟਾਂ ਦੀ ਪਹਿਲੀ ਪਹਿਲ ਆ ਜਿਹੜਾ ਕਿ ਇੱਕ ਡਰੋਨ ਸਪਰੇ ਦੇ ਨਾਲ ਆ ਇਹ ਕੰਮ ਕਿਵੇਂ ਕਰਦੀ ਹੈ 10 ਲੀਟਰ ਦਾ ਤੁਸੀਂ ਜਿਵੇਂ ਗੱਲ ਕਰਦੇ ਹੋ ਇਹਦਾ 10 ਲੀਟਰ ਦਾ ਟੈਂਕ ਹੈ 10 ਲੀਟਰ ਦੇ ਟੈਂਕ 1 ਏਕੜ ਦੇ ਵਿੱਚ ਸਪਰੇ ਜਾਊਗਾ ਜਿਹੜਾ ਇਹਦਾ ਡ੍ਰੌਪਲੈਟ ਸਾਈਜ਼ ਆ ਮਤਲਬ ਪਾਣੀ ਦੇ ਜਿਹੜਾ ਬੂੰਦ ਹੈ ਇਹਦੀ ਬਹੁਤ ਛੋਟੀ ਹੈ ਜਿਹੜੀ ਸਾਰੀ ਖੇਤ ਦੇ ਵਿੱਚ ਫੈਲਦੀ ਹੈ ਇਹਦਾ ਛੋਟਾ ਜਿਹਾ ਐਗਜ਼ਾਮਪਲ ਆ ਜਿਵੇਂ ਤਰੇਲ ਦੀ ਗੱਲ ਕਰਦੇ ਆ ਆਪਾਂ ਸਵੇਰ ਦੇਖਦੇ ਆ ਤਰੇਲ ਸਾਰੇ ਪੱਤਿਆਂ ਉੱਤੇ ਪਈ ਹੁੰਦੀ ਹੈ ਪਰ ਜੇ ਗੱਲ ਕਰੀਏ ਤਰੇਲ ਨਾਲ ਕੋਈ ਭਾਂਡਾ ਜਾਂ ਕੋਈ ਚੀਜ਼ ਭਰਦਾ ਨਹੀਂਗਾ ਇਸੇ ਤਰੀਕੇ ਨਾਲ ਸਪਰੇ ਕਰਦੀ ਹੈ ਇਹਦੇ ਜਿਹੜੇ ਡ੍ਰੌਪ ਸਾਈਜ਼ ਹੈ ਬਹੁਤ ਛੋਟੇ ਹੁੰਦੇ ਨੇ ਸਾਰੇ ਪੱਤਿਆਂ ਉੱਤੇ ਪੈਂਦਾ ਜਿਹਦੇ ਕਰਕੇ ਦਵਾਈ ਪੱਤਿਆਂ ਦੇ ਵਿੱਚ ਰੱਜ ਜਾਂਦੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਇਹਦਾ ਕੰਮ ਕਿਵੇਂ ਕਰਨੇ ਨੇ ਸਾਡਾ ਜੋ ਵੀ ਟੈਕਨੀਕਲ ਟੀਮ ਦਾ ਬੰਦਾ ਆਊਗਾ ਜੋ ਆਪਰੇਟਰ ਹੋਊਗਾ ਇਹਦਾ ਉਹ ਆਪਰੇਟਰ ਆ ਕੇ ਤੁਹਾਡੇ ਖੇਤ ਨੂੰ ਮੈਪ ਕਰੂਗਾ ਜਿੰਨਾ ਤੁਸੀਂ ਏਰੀਆ ਮੈਪ ਕਰਤਾ ਉਸ ਏਰੀਆ ਦੇ ਵਿੱਚ ਇਹ ਸਪਰੇ ਕਰੂਗਾ ਸਪਰੇ ਕਰਨਾ ਕਿਸ ਤਰ੍ਹਾਂ ਜਦੋਂ ਇਹਦੀ ਟੈਂਕ ਖਤਮ ਹੋ ਗਈ ਉੱਥੇ ਸਪਰੇ ਬੰਦ ਕਰ ਦੂਗਾ ਠੀਕ ਹੈ ਉੱਥੋਂ ਵਾਪਸ ਆਊਗਾ ਫਿਰ ਜਿੱਥੇ ਇਹਨੇ ਸਪਰੇ ਛੱਡੀ ਹੈ ਦੁਬਾਰਾ ਉੱਥੋਂ ਹੀ ਸਟਾਰਟ ਕਰੂਗਾ ਫਿਰ ਜਿੰਨਾ ਏਰੀਆ ਮੈਪ ਕੀਤਾ ਉਹਦੇ ਵਿੱਚ ਹੀ ਸਪਰੇ ਕਰੂਗਾ ਇਹ ਨਹੀਂ ਕਿ ਆਪਾਂ ਇਸ ਵੱਟ ਤੋਂ ਡਾਇਆ ਦੂਜੀ ਵੱਟ ਤੇ ਜਾ ਕੇ ਸਪਰੇ ਸ਼ੁਰੂ ਕਰਨੀ ਹੈ ਇਹ ਸਪਰੇ ਕਰਦਾ ਜਾਊਗਾ ਨਹੀਂ ਜੋ ਏਰੀਆ ਆਪਾਂ ਇਹਦੇ ਵਿੱਚ ਮੈਪ ਕੀਤਾ ਇਹਨੇ ਸਪਰੇ ਉੱਥੇ ਹੀ ਸਟਾਰਟ ਕਰਨੀ ਹੈ ਜਿੱਥੋਂ ਪਹਿਲਾਂ ਛੱਡੀ ਆ ਤੇ ਜਿਹੜੇ ਏਰੀਆ 'ਚ ਕਰਨੀ ਹੈ ਉਸੇ ਜਗ੍ਹਾ 'ਤੇ ਸਪਰੇ ਕਰਨੀ ਹੈ ਇਹਨੇ ਫਿਰ ਕੀ ਫਾਇਦਾ ਕਿ ਆਪਾਂ ਨੂੰ ਇੱਕ ਵਾਰੀ ਜੇ ਏਰੀਆ ਤੁਸੀਂ ਸਾਡੇ ਆਪਰੇਟਰ ਨੂੰ ਦੇਤਾ ਮਤਲਬ ਮੈਪ ਕਰਾਤਾ ਉਹ ਦੁਬਾਰਾ ਦੁਬਾਰਾ ਤੁਹਾਨੂੰ ਮੈਪ ਕਰਾਉਣ ਦੀ ਦਿੱਕਤ ਵੀ ਨਹੀਂ ਰਹੂਗੀ ਤੁਸੀਂ ਜਿਹੜਾ ਕੰਟੈਕਟ ਨੰਬਰ ਦੱਸਣਾ ਦੁਬਾਰਾ ਉਹ ਕੰਟੈਕਟ ਨੰਬਰ ਨਾਲ ਸਰ ਜਿਹੜਾ ਏਰੀਆ ਮੈਪ ਹੋਇਆ ਉਹ ਲੋਕੇਸ਼ਨ ਆ ਜਾਣੀ ਹੈ ਉਸ ਦੇ ਦੁਆਰਾ ਤੁਸੀਂ ਉਸੇ ਤਰੀਕੇ ਨਾਲ ਯੂਜ਼ ਕਰਾ ਸਕਦੇ ਹੋ ਸਾਡੀ ਸਪਰੇ ਦਵਾਈ ਵਰਤ ਸਕਦੇ ਹੋ ਠੀਕ ਹੈ
ਡਰੋਨ ਵੀ ਜਲਦੀ ਤੁਹਾਨੂੰ ਦੇਖਣ ਨੂੰ ਖੇਤਾਂ ਦੇ ਵਿੱਚ ਮਿਲੂਗਾ। ਤਾਂ ਤੁਸੀਂ ਦੇਖ ਰਹੇ ਸੀਗੇ ਚੜ੍ਹਦਾ ਪੰਜਾਬ ਟੀਵੀ।